अज असी उस कलाकार दे कोल बैठे हाँ जिस कलाकार नूं देख देख के साडा बचपन लग्या, साडे बजुर्गां ने दादे दादे नाने नानियां ने उन्हां नूं देखिया, ते सब तो फेवरेट कलाकार रहे हो साडे बजुर्गां दे गुरचेत चित्रकार जी, नाल उन्हां दे सपुत्तर भी ने दवन भाई। सत श्री अकाल भाई जी। थैंक यू भाई जी, थैंक यू। देखो ਐਡੀ ਵੱਡੀ ਉਮਰ ਤਾਂ ਹੈ ਨਹੀਂ, ਮੈਂ ਤਾਂ ਆਪਣੇ ਆਪ ਨੂੰ ਜੇ 24 ਸਾਲ ਦਾ ਸਮਝਦਾ ਹੁੰਦਾ। ਮੈਂ ਦਮਨ ਤੋਂ 2 ਸਾਲ ਹੀ ਛੋਟਾ ਕਹਿੰਦਾ ਰਹਾ ਵੀ ਮੈਂ ਤਾਂ ਇਹਨੂੰ ਇਹ ਦਮਨ ਮੈਂ ਤੋਂ 2 ਸਾਲ ਛੋਟਾ। ਦਮਨ ਬਾਈ ਦੇ ਤਾਂ 8ਵੀਂ ਦੇ ਪੇਪਰ ਚੱਲਦੇ ਹੋਣੇ। ਨਹੀਂ ਜੀ, ਦੇਖੋ ਮਹਾਰਾਜ ਨੇ ਡਿਊਟੀਆਂ ਲਾਈਆਂ ਨੇ ਹਸਾਉਣ ਦੀਆਂ ਨਾ। ਦੁਨੀਆ ਦੇ ਵਿੱਚ ਸਭ ਤੋਂ ਔਖਾ ਹੈ ਕਿਸੇ ਨੂੰ ਹਸਾਉਣਾ, ਔਰ ਇੱਕ ਫੈਮਿਲੀ ਕਲਾਕਾਰ ਬਣਨਾ ਵੀ ਬਹੁਤ ਔਖਾ ਹੈ, ਕਿਉਂਕਿ ਫੈਮਿਲੀਆਂ ਦੇ ਵਿੱਚ ਫੈਮਿਲੀ ਦੀਆਂ ਗੱਲਾਂ ਕਰਨੀਆਂ ਪੈਂਦੀਆਂ ਨੇ, ਰਿਸ਼ਤੇ ਦੀਆਂ ਗੱਲਾਂ ਕਰਨੀਆਂ ਪੈਂਦੀਆਂ ਨੇ, ਆਪਣੀਆਂ ਸਾਂਝਾਂ ਦੀਆਂ ਗੱਲਾਂ ਕਰਨੀਆਂ ਪੈਂਦੀਆਂ ਨੇ, ਮਾਂ ਬੋਲੀ ਦੀਆਂ ਗੱਲਾਂ ਕਰਨੀਆਂ ਪੈਂਦੀਆਂ ਨੇ, ਮਿੱਟੀ ਦੀਆਂ ਗੱਲਾਂ ਕਰਨੀਆਂ ਪੈਂਦੀਆਂ ਨੇ ਆਪਣੀਆਂ, ਤਾਂ ਜਾ ਕੇ ਕੋਈ ਫੈਮਿਲੀ ਕਲਾਕਾਰ ਬਣਦਾ। ਅਸੀਂ ਸਾਨੂੰ ਫਕਰ ਮਹਿਸੂਸ ਹੁੰਦਾ ਜਦੋਂ ਸਾਨੂੰ ਕੋਈ ਵੀ ਕਹਿੰਦਾ ਨਾ ਵੀ ਆ ਜਾਂਦਾ ਯਾਰ ਫੈਮਿਲੀ ਕਲਾਕਾਰ, ਕਿਉਂਕਿ ਅਸੀਂ ਮੈਂ ਹੁਣ ਤੁਹਾਨੂੰ ਕੱਲ੍ਹ ਦੀ ਇਹ ਗੱਲ ਦੱਸਦਾ, ਪਰਸੋਂ ਦੀ ਮੈਂ ਉੱਥੇ ਸ਼ੂਟ ਚੱਲ ਰਿਹਾ ਸੀਗਾ, ਇੱਕ ਬੁੜੀ ਤੀ ਨੇੜੇ ਕੋਠੀ ਸੀਗੀ ਉੱਥੇ ਘਰ ਸੀਗਾ, ਕਹਿੰਦੀ ਪੁੱਤ ਮੈਨੂੰ ਪਤਾ ਲੱਗਿਆ ਤੂੰ ਆਇਆ ਸ਼ੂਟਿੰਗ ਦੇਖਣ, ਮੈਂ ਆਈ ਹਾਂ, ਮੈਂ ਸਾਗ ਬਣਾਉਣੀ ਆ, ਮੈਂ ਤਾਂ ਤੇਰੇ ਕਰਕੇ ਕੈਨੇਡਾ 'ਚ ਬੈਠੀ ਹਾਂ, ਜੇ ਤੂੰ ਨਾ ਹੋਵੇਂ ਮੈਨੂੰ ਇੱਥੇ ਕੋਈ ਨਾ ਮੇਰਾ ਜੀ ਨਾ ਲੱਗੇ। ਬੁੜੀ ਨੇ ਸਾਗ ਬਣਾਇਆ, ਮੱਕੀ ਦੀ ਰੋਟੀ ਬਣਾਈ, ਮੇਰੇ ਸਪੈਸ਼ਲ ਤੁਸੀਂ ਦੇਖੋ ਆਹ ਹੁੰਦੀ ਹੈ ਬਾਈ, ਤੁਸੀਂ ਦੇਖੋ ਇਹ ਅਸੀਂ ਖੱਟਿਆ ਜਿਹੜਾ ਪਿਆਰ ਖੱਟਿਆ, ਅੱਜ ਤੱਕ ਕਿਤੇ ਕੋਈ ਟੋਲ ਟੈਕਸ ਨਹੀਂ ਸਾਡੇ ਤੋਂ ਲੈਂਦੇ। ਸਾਨੂੰ ਯਾਨੀ ਕਿ ਵੀ ਇਹੀ ਹੈ ਵੀ ਅਸੀਂ ਜਿਹੜਾ ਲੋਕਾਂ ਦਾ ਪਿਆਰ ਕਮਾਇਆ, ਪੈਸਾ ਪੂਸਾ ਤਾਂ ਸਾਰੀ ਦੁਨੀਆ ਕਮਾਉਂਦੀ ਹੈ, ਪੈਸੇ ਤਾਂ ਹੋਰ ਪਾਸੇ ਬਥੇਰੇ ਆਉਂਦੇ ਨੇ, ਲੋਕਾਂ ਦਾ ਪਿਆਰ ਕਮਾਉਣਾ ਬਾਈ ਬਹੁਤ ਔਖਾ। ਡਰ ਲੱਗਦਾ ਫਾਦਰ ਸਾਹਿਬ ਤੋਂ ਕਿ ਇਹਨਾਂ ਦਾ ਕੀ ਇਹਦਾ ਕਮੇਡੀਅਨ ਨੇ, ਇਹ ਗੁੱਸਾ ਥੋੜ੍ਹੀ ਕਰਨਗੇ, ਇਹ ਤਾਂ ਚੁਟਕਲਾ ਸੁਣਾਉਣਗੇ ਸਗੋਂ। ਨਹੀਂ ਨਹੀਂ, ਬਹੁਤ ਡਰ ਲੱਗਦਾ। ਡਰ ਲੱਗਦਾ ਜੀ? ਡਰਦੇ ਨੇ, ਪਰ ਮੈਂ ਕਦੇ ਇਹਨਾਂ ਨੂੰ ਡਰ ਵਾਲੀ ਗੱਲ ਨਹੀਂ ਕਰੀ, ਮੈਥੋਂ ਤਾਂ ਸਾਰੇ ਮੇਰੇ ਇਹਦੇ ਚਾਚੇ ਦੇ ਬੇਟੇ ਉਹ ਵੀ ਡਰਦੇ ਨੇ, ਮੈਨੂੰ ਚਾਚੇ ਖੁਦ ਡਰਦੇ ਨੇ, ਡੈਡੀ ਤੇ ਭਰਾ ਬਹੁਤ ਡਰਦੇ ਆ। ਮੈਂ ਕਦੇ ਕਿਸੇ ਨੂੰ ਨਾਲੇ ਮਾੜਾ ਨਹੀਂ, ਗੁੱਸੇ ਤਾਂ ਕਦੇ ਮੈਂ ਹੋ ਕੇ ਨਹੀਂ ਵੇਖਿਆ ਅਜੇ ਤੱਕ। ਤੁਹਾਡੇ ਜਿਹੜੀਆਂ ਤਿਊੜੀਆਂ ਜੀਆਂ ਪੈਂਦੀਆਂ ਨਾ, ਉੱਥੋਂ ਥੋੜ੍ਹਾ ਬੰਦਾ ਘਬਰਾ ਜਾਂਦਾ। ਇੱਕ ਰਿਸਪੈਕਟ ਹੁੰਦੀ ਆ, ਇੱਕ ਰਿਸਪੈਕਟ ਆ, ਹੈ ਨਾ, ਵੀ ਉਵੇਂ ਤਾਂ ਕਦੇ ਵੀ ਨਹੀਂ ਕੁਛ ਕਿਹਾ, ਪਰ ਇੱਕ ਰਿਸਪੈਕਟ ਆ ਵੀ ਹਾਂ, ਇੱਕ ਉਹ ਸ਼ਾਇਦ ਡਰ ਹੋਣਾ ਜ਼ਰੂਰੀ ਵੀ ਆ। ਮੈਂ ਗਲਤ ਨੂੰ ਗਲਤ ਕਹਿਣਾ ਹਮੇਸ਼ਾ ਹੀ, ਚਾਹੇ ਸਰਕਾਰ ਹੋਵੇ, ਬਾਬੇ ਹੋਣ, ਬੱਚੇ ਹੋਣ। ਉਸਨੇ ਸ਼ਾਇਦ ਤੁਹਾਨੂੰ ਪਹਿਲਾਂ ਵੀ ਕਿਸੇ ਨੇ ਕਿਹਾ ਹੋਵੇ, ਮੈਂ ਇੱਥੇ ਬੈਠਾ ਸੀ ਨਾ, ਮੈਂ 20 ਵਾਰੀ ਤੁਹਾਡਾ ਨਾਮ ਚੇਤੇ ਕਰਿਆ, ਅੜ ਜਾਂਦਾ ਗੁਰਚੇ। ਮੈਨੂੰ ਬਹੁਤ ਕੁਛ ਕਹਿੰਦੇ, ਤੁਸੀਂ ਸੁਣੀ ਹੋਣੀ ਉਹ ਇੱਕ ਪੱਤਰਕਾਰ ਤੀ ਪਾਕਿਸਤਾਨ ਦੀ, ਮੈਨੂੰ ਹੋਰ ਹੀ ਕੁਛ ਕਹੀ ਜਾਂਦੀ ਤੀ, ਉਹ ਦੱਸ ਸਭ ਨੂੰ ਪਤਾ ਤੂੰ ਗੁਰਚੇਤ ਗਾਮ ਹੋਰ ਲਾਤਾ ਦੇ, ਸਮਝ ਗਏ। ਬੁੜੀਆਂ ਮੈਨੂੰ ਹੁਣ ਵੀ ਕੋਈ ਤਾਂ ਕਹਿੰਦੀ ਹੁੰਦੀ ਆ ਚਿੱਤਰਹਾਰ, ਮੇਰੇ ਨਾਂ ਧਰੇ ਹੋਏ ਨੇ, ਅਤੇ ਕੋਈ ਕਹਿੰਦੀ ਹੁੰਦੀ ਆ ਮੈਨੂੰ ਚਿੱਤਰਹਾਰ ਚੇਤਕ ਗੁਰਚੇਤਕ, ਬੜੇ ਪੁੱਠੇ ਚਿੱਤਰਹਾਰੀ ਮੈਨੂੰ, ਬੁੜੀ ਤਾਂ ਮੈਨੂੰ ਚਿੱਤਰਹਾਰੀ ਕਹਿੰਦੇ ਨੇ ਮਾੜੀਆਂ ਪਿੰਡਾਂ ਦੇ ਵਿੱਚ। ਦੇਖਿਆ ਦਮਨ ਬਾਈ ਤੁਹਾਨੂੰ ਬਾਪੂ ਕਹਿੰਦੇ ਨੇ, ਕਿਸੇ ਨੂੰ ਕਹੋਗੇ ਯਾਰ ਬਾਪੂ ਠੀਕ ਆ, ਆਮ ਜੀ ਗੱਲ ਹੈ, ਪਰ ਅਸੀਂ ਦੇਖਦੇ ਇਹਦੇ ਪਿੱਛੇ ਬਹੁਤ ਕਲਚਰ ਹੈ, ਪਾਪਾ ਨਹੀਂ ਕਹਿੰਦੇ, ਡੈਡੀ ਨਹੀਂ ਕਹਿੰਦੇ। ਨਾ ਡੈਡ ਵੀ, ਡੈਡ ਕਹਿੰਦੇ ਨੇ ਲੋਕ ਅੱਜ ਕੱਲ੍ਹ, ਮੈਨੂੰ ਨਹੀਂ ਇਹ ਚੀਜ਼ਾਂ, ਮੈਂ ਵੀ ਆਪਦੀ ਬੀਬੀ ਨੂੰ ਬੇਬੇ ਕਹਿਣਾ ਜਾਂ ਮਾਂ ਕਹਿਣਾ, ਬੇਬੇ ਕਹਿਣਾ, ਬਾਪੂ ਨੂੰ ਬਾਪੂ ਕਹਿੰਦੇ ਹੁੰਦੇ ਸੀਗੇ, ਕਿਉਂਕਿ ਸਾਡਾ ਕਲਚਰ ਹੈ। ਹਾਂ ਹੁਣ ਵੈਸਟਰਨ ਦੇ ਵਿੱਚ ਜੇ ਆ ਕੇ ਰਿਸ਼ਤੇ ਬਦ ਹੋਰ ਹੀ ਕੁਛ ਬਣੀ ਜਾਂਦੇ ਨੇ ਰਿਸ਼ਤਿਆਂ ਦਾ, ਬਟ ਮੇਰੀ ਫੈਮਿਲੀ ਦੇ ਵਿੱਚ ਵੀ ਪੂਰੇ ਮੇਰੇ ਮਦਰ ਦੀ, ਅੱਜ ਵੀ ਮੇਰੀ ਮਦਰ ਦੀ, ਉਹ ਤੋਂ ਡਰਦੇ ਹਾਂ ਅਸੀਂ, ਮੇਰੀ ਮਾਂ ਦੀ ਪਰਿਵਾਰ ਦੇ ਵਿੱਚ ਪੂਰੀ ਉਹ ਹੈ। ਮੈਂ ਮਾਂ ਕਰਕੇ ਅਸੀਂ ਠੇਕਾ ਤੱਕ ਨਹੀਂ ਲੈਂਦੇ ਭਰਾਵਾਂ ਤੋਂ, ਸਾਡੀ ਇੰਨੀ ਸਾਂਝ ਹੈ, ਯਾਨੀ ਕਿ ਵੀ ਅਸੀਂ ਨਹੀਂ, ਅੱਜ ਕੱਲ੍ਹ ਭਰਾ ਹੁੰਦੇ ਨੇ ਮੇਰਾ ਵੰਡ ਦਿਓ, ਮੈਨੂੰ 20-22 ਸਾਲ ਹੋ ਗਏ ਇੱਥੇ ਆਏ ਨੂੰ, ਮੈਂ ਅੱਜ ਤੱਕ ਘਰ ਦੇ ਵਿੱਚੋਂ ਹਿੱਸਾ ਨਹੀਂ ਬਣਾਇਆ ਆਪਦਾ। ਚੋਰ ਦੀ ਫਿਲਮ ਦੀ ਗੱਲ ਕਰਾਂਗੇ, ਇਸ ਦੇ ਵਿੱਚ ਪਾਕਿਸਤਾਨ ਦੇ ਵੀ ਆਰਟਿਸਟ ਹੈ, ਅਸੀਂ ਉਹਨਾਂ ਨੂੰ ਫਿਲਮਾਂ ਦੇ ਰਾਹੀਂ ਜ਼ਿਆਦਾ ਦੇਖਣ ਲੱਗੇ ਹਾਂ, ਜੋ ਆਮ ਆਡੀਅੰਸ ਹੈ, ਕਿੱਦਾਂ ਦੇ ਬੰਦੇ ਆ, ਕਿਉਂਕਿ ਤੁਸੀਂ ਉਹਨਾਂ ਨਾਲ ਮਿਲਦੇ ਜੁਲਦੇ ਹੋ। ਮੈਂ ਕਹਿੰਦਾ ਵੀ ਅਮਰਜੀਤ ਰਾਣਾ ਬਹੁਤ ਮਜ਼ਾਈ ਆ, ਬਹੁਤ ਘੈਂਟ ਬੰਦਾ, ਕੋਡੂ ਤੁਸੀਂ ਦੇਖੋ ਉੱਧਰ ਪਾਕਿਸਤਾਨ ਦੇ, ਉਹਨਾਂ ਕੋਲ ਟੇਮ ਹੀ ਨਹੀਂ ਹੈਗਾ, ਉਹ ਇੰਨੇ ਰਿਜੀ ਨੇ, ਇੰਨੇ ਅਮੀਰ ਨੇ, ਨਾਲੇ ਉਹਨਾਂ ਕੋਲ ਯਾਨੀ ਕਿ ਵੀ ਸਾਰੀ ਹਰ ਰੋਜ਼ ਸ਼ੋਅ ਹੁੰਦਾ, ਇੱਕ ਇੱਕ ਸ਼ੋਅ ਦਾ 2-3 ਲੱਖ ਰੁਪਇਆ ਲੈਂਦੇ ਆ ਉਹ ਇੱਕ ਇੱਕ ਸ਼ੋਅ ਦਾ, ਇਹ 'ਚ ਕਰਕੇ ਜਾਂਦੇ ਨੇ। ਫਿਰ ਅਗਲੇ ਸਲੀਮ ਹੈ ਥੀਏਟਰ, ਉੱਥੇ ਲੱਗਿਆ ਹੁੰਦਾ ਉਹਨਾਂ ਦਾ, ਉੱਥੇ ਜਾਂਦੇ ਨੇ, ਉੱਥੋਂ ਲੈਂਦੇ ਨੇ 1-2 ਲੱਖ ਰੁਪਇਆ, ਉਹਨਾਂ ਵੀ ਬਹੁਤ ਬਿਜ਼ੀ ਨੇ, ਪਰ ਅੱਛੇ, ਬਹੁਤ ਅੱਛੇ ਆਰਟਿਸਟ ਨੇ, ਨਹੀਂ ਅੱਛੇ ਨੇ। ਇੱਕ ਫਿਲਮ ਆਈ ਪਿੱਛੇ ਜਿਹਾ ਸ਼ਾਹਕੋਟ, ਉਹਦੇ ਵਿੱਚ ਪਾਕਿਸਤਾਨ ਦਿਖਾਇਆ ਗਿਆ, ਕਈ ਕਹਿੰਦੇ ਜੀ ਜਿੰਨਾ ਹੀ ਪਿਆਰ ਆ ਪਾਕਿਸਤਾਨ 'ਚ, ਪਾਕਿਸਤਾਨ 'ਚ ਚਲੇ ਜਾਓ, ਪਾਕਿਸਤਾਨ ਨੂੰ ਨਫ਼ਰਤ ਕਰਨਾ ਹੀ ਕਹਿ ਰਹੇ, ਵੀ ਨਫ਼ਰਤ ਹੀ ਕਰੋ। ਸਾਡੀਆਂ ਫਿਲਮਾਂ ਦੇ ਵਿੱਚ ਸਿਖਾਈ ਇਹੀ ਜਾਂਦਾ, ਫਿਲਮਾਂ 'ਚ ਮੀਡੀਆ 'ਚ ਜਿਹੜੇ, ਜੇ ਪਾਕਿਸਤਾਨ ਨਾ ਹੋਵੇ ਤਾਂ ਇਹਨਾਂ ਦੀਆਂ ਸਰਕਾਰਾਂ ਹੀ ਨਾ ਬਣਨ, ਇਹਨਾਂ ਨੇ ਤਾਂ ਬਸ ਉਹਨੂੰ ਬਸ ਬਣਾਇਆ ਪਾਕਿਸਤਾਨ ਆਇਆ ਵਾ। ਉਹ ਅਸੀਂ ਫਿਲਮ ਬਣਾਈ ਹੈ ਸਾਂਝਾ ਪੰਜਾਬ, ਸਾਂਝਾ ਪੰਜਾਬ ਦੇ ਵਿੱਚ ਕਿਸੇ ਜੋੜਿਆ, ਸਾਰੀ ਜ਼ਿੰਦਗੀ ਟੁੱਟੀ ਰਹਾਂਗੇ, ਸਾਰੀ ਜ਼ਿੰਦਗੀ ਨਫ਼ਰਤ ਹੀ ਕਰਦੇ ਰਹਾਂਗੇ। ਇੱਕ ਦਿਨ ਇਹ ਦੀਵਾਰ ਤਾਂ ਢਹਿਣੀ ਹੈ, ਉਹਦੇ 'ਚ ਰਸ਼ਿਦ ਮਹਿਮੂਦ ਹੈ ਸਾਡੀ ਫਿਲਮ ਦੇ ਵਿੱਚ, ਜਿਹੜਾ ਉੱਧਰ ਦਾ ਅਮਿਤਾਭ ਬੱਚਨ, 3 ਲੱਖ ਰੁਪਇਆ ਇੱਕ ਸ਼ੋਅ ਦਾ ਲੈਂਦਾ,
एक फिल्म का एक दिन का सॉरी एक मैं उन्होंने कम कराया दो दिन कम कराया जो उन्हें मेरे नाल कम कराया बड़ा चंगा लगे बड़ी अच्छी वो आवाज़ मैं उन्होंने लख कर भी अपने वाला ऐ जे लिफाफे पा के देता अखा भराइया कहता यार तुम अग बुझाने का कम कर रहे हो अंगारे बुझाने का कम कर रहे हो चिड़ी का हिस्सा नहीं पै सकता मेरे सारे पैसे मैं वापस करते उत्थे मैं इन्ना रोया महा यार आ हुंदे है असीं तुहाड़ियां फेसबुक पोस्टां देखते हाँ तुसीं जथेदारां नूं लैके भी सवाल चुकदे हो सरकारां नूं लैके भी सवाल चुकदे हो बाबयां नूं खास तौर पर किवें चीज़ां कलाकार लैन तां अद्धी रुझिया हुंदा कि तुहानूं उह चुभदियां गल्लां सूलां वांगू चुभदियां कि यार की हो रहा यार असीं कैड़ी कौम आते किधर नूं चल पए असीं भाजी जिहड़ा कलाकार है ना समाज दा इन्ना की गलत हो रहा की सही हो रहा उन्हें लोगों को दसना होंगे जोड़ा नहीं बोलता मैं तुम्हें कलाकार ही नहीं मानता भी तो सिर्फ पैसे कमा आए हैं पैसे कमाओ यार बोलो सू लोग फॉलो करते हैं गलत हो रहा हूँ बाबे का जोड़ा सगा वो बलात्कार किया मैं वो बारे पोस्ट पाई बड़ी लिख के पाई कोई नहीं बोलिया सर मैं बोलिया मैं होर कोई बोलते मैं तो सरसे वाले खिलाफ पूरा बोलिया मेरे मैं धमकिया मैं मार दिया धमकिया बहुत कुछ करे तो अभी डरते नहीं है क्या तू मेरे वाल तक डर मछा अपना पिछे बाबे का श्री गुरु ग्रंथ साहब का अज तक केस नहीं होया अज तक कोई मेरे ते कोई इस तरह का मैं बोलना मैं किसी ने अज तक पुलिस केस नहीं होया कुछ नहीं किसी ने सानू नहीं करे हाँ धमकी धमकी आते हैं धमकिया तो सानू आए जे लगते हैं मैं निका जहा लंबा है मेरी माँ किसी ने पूछा कहते बीबी तेरे पुत पहला तो हूँ ची फर्क है कहीं पहला लंबे आते थे हूँ धमकी आदि ने बस कोई फर्क नहीं है कलाकार तो बहुत बोलते जो कलाकार सियासतदान बन जाते फिर सारे चुप हो जाते सत्ता च भी आ जाते फिर कोई नहीं बोल मैं देखो मैं सरकार की मदद करी हरेक पता थी भी आप भी नवी सरकार आवे दोनों लुट दिया पार्टियां सी तीजी सरकार भी उही जी आ गई आप परे हो गए आपू की है ना बदलाव होगा बदलाव बौंदड़िया फिर पर आपने कोई लालच हों अज मैं जो कोई चापलूस हों लालची हों अजन मैं भी एम पी या एम एल ए हों मैनू इन्ह चीज़ों तो लड़ नहीं हैगी मैं आप इस लैंड से संतुष्ट हाँ मैं पूछा भाई लव मैरिज करा रहे हो या अरेंज मैरिज नहीं भाई अजे तो विह का कोई सीन नहीं चलो बापू को बैठा था कह रहे हो नहीं मैं लव मैरिज करवाऊंगा जी सैली तुम लगे कि तुम लंबी आई नहीं नहीं भाई कोई अच्छे काम करना हजे तो काम करना नहीं नहीं अस ये काम तो बहुत दूर ने रियली हाँ जानते हो की कहना चाहोगे बस चोर दिल फिल्म देखो 25 अक्टूबर जी फैमिली नाल देखो बहुत कमेडी है बहुत अच्छा मैसेज है जरूर देखियो बहुत इच्छा से इन्हों इंटरव्यू करने की गलबात करने की अच्छी इच्छा पूरी हुई है गलबात किमें लगी कमेंट बॉक्स के जरूर दसना सत श्रीकाल भाई।